ਸਤਿ ਸ਼੍ਰੀ ਅਕਾਲ ਦੋਸਤੋ ਜੀਕੇ ਫੈਕਟਸ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪਟਵਾਰੀ ਦੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ ਤੇ ਉਸੇ ਰਿਗਾਰਡਿੰਗ ਵੀਡੀਓਜ਼ ਲੈ ਕੇ ਆ ਰਹੇ ਹਾਂ ਅੱਜ ਵੀ ਦੋਸਤੋ ਆਪਾਂ ਜੋ ਤੁਹਾਡੇ ਸਿਲੇਬਸ ਦੇ ਵਿੱਚ ਇੰਡੀਅਨ ਪਾਲਿਟੀ ਦੇ ਕੁਝ ਟੌਪਿਕਾਂ ਉਹਨਾਂ ਰਿਗਾਰਡਿੰਗ ਅੱਜ ਵੀਡੀਓ ਲੈ ਕੇ ਆਏ ਹਾਂ ਤੇ ਕਈ ਦੋਸਤਾਂ ਨੇ ਕੁਐਸਚਨ ਕੀਤਾ ਸੀ ਕਿ ਇੰਡੀਅਨ ਪਾਲਿਟੀ ਤਾਂ ਹੈ ਹੀ ਨਹੀਂ ਸਿਲੇਬਸ ਦੇ ਵਿੱਚ ਦੋਸਤੋ ਅੱਜ ਇਹ ਸਾਰੇ ਟੌਪਿਕ ਜਿਹੜੇ ਉੱਪਰ ਸ਼ੋ ਹੋ ਰਹੇ ਹਨ ਨਾ ਇਹ ਸਾਰੇ ਤੁਸੀਂ ਦੇਖੋ ਸਿਲੇਬਸ ਜਾ ਕੇ ਸਿਲੇਬਸ ਦੇ ਵਿੱਚ ਤੁਹਾਨੂੰ ਇਹ ਸਾਰੇ ਟੌਪਿਕ ਮਿਲ ਜਾਣਗੇ ਮੈਂ ਇਹਨਾਂ ਟੌਪਿਕਾਂ ਨੂੰ ਬੇਸ ਰੱਖਦੇ ਹੋਏ ਪਾਲਟੀ ਦੇ ਇੰਡੀਅਨ ਪਾਲਟੀ ਦੇ ਇਹ ਟੌਪਿਕ ਸਾਰੇ ਆਪਾਂ ਏ ਐਮਸੀਕਿਊ ਦੇ ਵਿੱਚ ਕਵਰ ਕਰਾਂਗੇ ਦੋਸਤੋ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੋਸਤੋ ਤੁਹਾਡਾ ਰਿਸਪੌਂਸ ਉਹਨਾ ਵਧੀਆ ਨਹੀਂ ਆ ਰਿਹਾ ਜਿੰਨੀ ਅਸੀਂ ਮਿਹਨਤ ਕਰ ਰਹੇ ਹਾਂ ਤਾਂ ਉਹਨੂੰ ਬਾਰ-ਬਾਰ ਇੱਕੋ ਰਿਕਵੈਸਟ ਕਰਦੇ ਹਾਂ ਕਿ ਆਪਣੇ ਜੋ ਨਾਲ ਦੇ ਕਲੀਗ ਜਾਂ ਰਿਲੇਟਿਵਸ ਆ ਉਹਨਾਂ ਸਾਰੇ ਨੂੰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਆਪਾਂ ਨੇ ਵੱਧ ਤੋਂ ਵੱਧ ਪਟਵਾਰੀ ਦੇ ਕੈਂਡੀਡੇਟਸ ਇਸ ਚ ਪੇਪਰ ਆਪਣੇ ਚੈਨਲ ਨਾਲ ਜੋੜਨੇ ਆ ਤਾਂ ਜੋ ਆਪਾਂ ਹੋਰ ਵੱਧ ਤੋਂ ਵੱਧ ਵੀਡੀਓਜ਼ ਪਾ ਸਕੀਏ ਤੇ ਆਪਾਂ ਨੂੰ ਰਿਸਪੌਂਸ ਉਹਨਾਂ ਦਾ ਵਧੀਆ ਮਿਲੇ ਅੱਗੇ ਪਹਿਲਾ ਪ੍ਰਸ਼ਨ ਆ ਦੋਸਤੋ ਵਿੱਚ ਆਫ ਦੀ ਫਾਲੋਇੰਗ ਅਮੰਗ ਦਾ ਫਾਲੋਇੰਗ ਆਰਟੀਕਲਸ ਆਫ ਦੀ ਫੰਡਾਮੈਂਟਲ ਰਾਈਟ ਇਸ ਆਟੋਮੈਟਿਕਲੀ ਸਸਪੈਂਡਡ ਐਸ ਸੂਨ ਐਸ ਦੀ ਪ੍ਰੋਕਲੇਮੇਸ਼ਨ ਆਫ ਨੈਸ਼ਨਲ ਐਮਰਜੈਂਸੀ ਕਮਸ ਇਨਟੂ ਇਫੈਕਟ ਮਤਲਬ ਕਹਿਣ ਦਾ ਇਹ ਆ ਕਿ ਇਸ ਪ੍ਰਸ਼ਨ ਦਾ ਕਿ ਜਦੋਂ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਆ ਤਾਂ ਦੋਸਤੋ ਫੰਡਾਮੈਂਟਲ ਰਾਈਟ ਕਿਹੜਾ ਫੰਡਾਮੈਂਟਲ ਰਾਈਟ ਆ ਨਾ ਉਹ ਜਿਹੜਾ ਸਸਪੈਂਡ ਹੋ ਜਾਂਦਾ ਮਤਲਬ ਕਿ ਕਿਹੜਾ ਆਪਣਾ ਅਧਿਕਾਰ ਆ ਜੋ ਫੰਡਾਮੈਂਟਲ ਅਧਿਕਾਰ ਖਤਮ ਹੋ ਜਾਂਦਾ ਉਹ ਦੱਸੋ ਤੁਸੀਂ ਇਹ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਤਾਂ ਦੋਸਤੋ ਇਸ ਦਾ ਆਨਸਰ ਆ ਸਹੀ ਆਰਟੀਕਲ 19 ਆਰਟੀਕਲ 19 ਦੋਸਤੋ ਸਸਪੈਂਡ ਹੋ ਜਾਂਦਾ ਜੋ ਫੰਡਾਮੈਂਟਲ ਰਾਈਟ ਆਪਣਾ ਆਰਟੀਕਲ 19 ਦੇ ਤਹਿਤ ਆਉਂਦੇ ਆ ਉਹ ਸਾਰੇ ਸਸਪੈਂਡ ਹੋ ਜਾਂਦੇ ਆ ਨੈਸ਼ਨਲ ਐਮਰਜੈਂਸੀ ਦੇ ਦੌਰਾਨ ਅੱਗੇ ਗੱਲ ਕਰਦੇ ਆ ਦੋਸਤੋ ਪ੍ਰਸ਼ਨ ਆ ਗਿਆ ਦੂਜਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼ ਤਾਂ ਦੋਸਤੋ ਚਾਰ ਆਪਸ਼ਨ ਆ ਤੁਹਾਡੇ ਸਾਹਮਣੇ ਤੇ ਇਹਦਾ ਆਨਸਰ ਤੁਸੀਂ ਸੋਚੋ ਵੀ ਕਿਆ ਹੋਵੇਗਾ ਤੇ ਮੈਂ ਤਾਂ ਦੱਸੇ ਦੇਣਾ ਇਹਦਾ ਆਨਸਰ ਹੈ ਦੋਸਤੋ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼ ਇਲੈਕਟਡ ਇਲੈਕਟਡ ਮੈਂਬਰ ਹੁੰਦਾ ਦੋਸਤੋ ਇਹਨੂੰ ਆਪਾਂ ਆਪਣੇ ਮਤਲਬ ਕਿ ਪ੍ਰਧਾਨ ਮੰਤਰੀ ਨੂੰ ਆਪਾਂ ਇਲੈਕਟ ਕਰਦੇ ਆ ਇਲੈਕਸ਼ਨ ਦੇ ਥਰੂ ਤਾਂ ਕਰਕੇ ਇਹਨੂੰ ਇਲੈਕਟਡ ਕਹਿ ਸਕਦੇ ਆ ਇਲੈਕਟਡ ਮੈਂਬਰ ਅੱਗੇ ਗੱਲ ਕਰਦੇ ਆ ਦੋਸਤੋ ਪ੍ਰਸ਼ਨ ਆ ਗਿਆ ਤੀਜਾ ਦੀ ਪੈਨਸ਼ਨ ਆਫ ਹਾਈ ਕੋਰਟ ਜੱਜ ਇਸ ਚਾਰਜਡ ਚਾਰਜਡ ਔਨ ਕਹਿੰਦੇ ਹਾਈ ਕੋਰਟ ਦੇ ਜੱਜ ਦੀ ਪੈਨਸ਼ਨ ਕਿੱਥੋਂ ਚਾਰਜ ਹੁੰਦੀ ਹੈ ਮਤਲਬ ਕਿ ਕਿੱਥੋਂ ਮਿਲਦੀ ਹੈ ਤਾਂ ਦੋਸਤੋ ਆਪਣੇ ਕੋ ਚਾਰ ਤਰ੍ਹਾਂ ਦੇ ਦੱਸੇ ਗਏ ਆ ਅਕਾਊਂਟ ਮਤਲਬ ਕਿ ਫੰਡ ਵੀ ਇਹ ਹੁੰਨੇ ਆ ਤਾਂ ਦੇਖਣਾ ਇਹਨਾਂ ਵਿੱਚੋਂ ਕਿਹੜਾ ਚੋਂ ਮਤਲਬ ਕਿ ਹਾਈ ਕੋਰਟ ਦੇ ਜੱਜ ਨੂੰ ਤਨਖਾਹ ਮਿਲਦੀ ਆ ਮਤਲਬ ਪੈਨਸ਼ਨ ਮਿਲਦੀ ਆ ਤਾਂ ਦੋਸਤੋ ਕਨਸੋਲੀਡੇਟ ਫੰਡ ਆਫ ਸੌਰੀ ਕਨਸੋਲੀਡੇਟ ਫੰਡ ਆਫ ਇੰਡੀਆ ਚੋਂ ਮਿਲਦੀ ਆ ਪੈਨਸ਼ਨ ਠੀਕ ਹੈ ਨਾ ਕਨਸੋਲੀਡੇਟ ਫੰਡ ਆਫ ਇੰਡੀਆ ਚੋਂ ਹਾਈ ਕੋਰਟ ਦੇ ਜੱਜ ਨੂੰ ਪੈਨਸ਼ਨ ਮਿਲਦੀ ਆ ਪ੍ਰਸ਼ਨ ਅੱਗੇ ਚੱਲਦੇ ਆ ਦੋਸਤੋ ਪ੍ਰਸ਼ਨ ਆ ਗਿਆ ਹੂ ਵਾਸ ਦੀ ਫਰਸਟ ਐਕਸਟਰਨਲ ਅਫੇਅਰ ਮਿਨਿਸਟਰ ਆਫ ਇੰਡੀਆ ਕਹਿੰਦੇ ਜੋ ਐਕਸਟਰਨਲ ਅਫੇਅਰ ਮਿਨਿਸਟਰ ਸੀ ਭਾਰਤ ਦਾ ਸਭ ਤੋਂ ਪਹਿਲਾ ਉਹਦਾ ਨਾਮ ਦੱਸੋ ਤਾਂ ਦੋਸਤੋ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਇਹ ਸਵਾਲ ਦਾ ਸਹੀ ਉੱਤਰ ਹੈਗਾ ਦੋਸਤੋ ਜਵਾਰਲਾਲ ਨਹਿਰੂ ਜਵਾਰਲਾਲ ਨਹਿਰੂ ਪਹਿਲੇ ਐਕਸਟਰਨਲ ਅਫੇਅਰ ਮਿਨਿਸਟਰ ਸੀ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਦੋਸਤੋ ਬਟ ਇਸ ਦੀ ਮੈਕਸਿਮਮ ਲਿਮਟ ਆਫ ਟਾਈਮ ਟੂ ਵਿਚ ਦੀ ਨੈਸ਼ਨਲ ਐਮਰਜੈਂਸੀ ਇਸ ਐਕਸਟੈਂਡਡ ਅੰਡਰ ਐਕਟ ਇਹਨਾਂ ਦਾ ਕਹਿਣ ਦਾ ਮਤਲਬ ਆ ਮੈਂ ਦੋਸਤੋ ਉਹਨੂੰ ਪੰਜਾਬੀ 'ਚ ਤਾਂ ਦੱਸ ਰਿਹਾ ਕਿਉਂਕਿ ਕਈਆਂ ਦੀ ਸ਼ਿਕਾਇਤ ਸੀ ਕਿ ਪੰਜਾਬੀ ਦੇ ਵਿੱਚ ਤੁਸੀਂ ਡਾਟਾ ਨਹੀਂ ਪਾ ਰਹੇ ਇੰਗਲਿਸ਼ 'ਚ ਪਾ ਰਹੇ ਹੋ ਦੋਸਤੋ ਇੰਗਲਿਸ਼ ਦੇ ਵਿੱਚ ਮੈਂ ਤੁਹਾਨੂੰ ਡਾਟਾ ਪਾਵਾਂਗਾ ਤੇ ਸਮਝਾਵਾਂਗਾ ਤੁਹਾਨੂੰ ਮੈਂ ਪੰਜਾਬੀ 'ਚ ਠੀਕ ਹੈ ਨਾ ਕੁਐਸਚਨ ਤੁਸੀਂ ਜੇ ਇਹਨਾਂ ਨੂੰ ਨਹੀਂ ਸਮਝਾਂਦੇ ਮਤਲਬ ਕਿ ਇੰਗਲਿਸ਼ ਦੇ ਵਿੱਚ ਉਹ ਪੰਜਾਬੀ ਦੇ ਵਿੱਚ ਨਾਲ ਦੀ ਨਾਲ ਆਪਣੇ ਨੋਟਸ ਬਣਾ ਸਕਦੇ ਹਾਂ ਇਹ ਕੁਐਸਚਨ 'ਚ ਪੁੱਛਿਆ ਗਿਆ ਮੈਕਸਿਮਮ ਲਿਮਟ ਆਫ ਟਾਈਮ ਕਿੰਨੀ ਸਮੇਂ ਦੀ ਲਿਮਟ ਤੱਕ ਨੈਸ਼ਨਲ ਐਮਰਜੈਂਸੀ ਐਕਸਟੈਂਡ ਕੀਤੀ ਜਾ ਸਕਦੀ ਹੈ ਠੀਕ ਹੈ ਨਾ ਮਤਲਬ ਰਾਸ਼ਟਰਾ ਐਮਰਜੈਂਸੀ ਜੋ ਆ ਆਰਟੀਕਲ 356 ਦੇ ਅੰਡਰ ਲੱਗਦੀ ਆ ਮਤਲਬ ਪ੍ਰੈਜ਼ੀਡੈਂਟ ਰੂਲ ਲੱਗਦਾ ਹੈ ਤਾਂ ਉਹ ਕਿੰਨੇ ਸਾਲ ਤੱਕ ਆਪਾਂ ਐਕਸਟੈਂਡ ਕਰ ਸਕਦੇ ਆ ਤਾਂ ਉਹ ਦੋਸਤੋ 3 ਸਾਲ ਤੱਕ ਐਕਸਟੈਂਡ ਕਰ ਸਕਦੇ ਆ ਅੱਗੇ ਗੱਲ ਕਰਦੇ ਆ ਇਹ ਮੈਂਬਰ ਆਫ ਦੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਰਿਮੂਵਡ ਫਰਮ ਹਿਸ ਆਫਿਸ ਬਾਏ ਕਹਿੰਦੇ ਇੱਕ ਰਾਜ ਦੇ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਉਹ ਕੌਣ ਰਿਮੂਵ ਕਰ ਸਕਦਾ ਹੈ ਮਤਲਬ ਕਿ ਆਪਾਂ ਕਹਿ ਦਈਏ ਜਿਵੇਂ ਕਿ ਆਪਣੇ ਪੀਪੀਐਸਸੀ ਵੱਲੋਂ ਸਿਲੈਕਟਡ ਮੈਂਬਰ ਆ ਕੋਈ ਅ ਬڑے ਅਹੁਦੇ ਦੇ ਉੱਤੇ ਅਫਸਰ ਲੈਵਲ ਦਾ ਤੇ ਆਪਣੇ ਸਟੇਟ ਲੈਵਲ ਦਾ ਕੋਈ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿਲੈਕਟਡ ਮੈਂਬਰ ਆ ਤਾਂ ਉਹਨੂੰ ਕੌਣ ਰਿਮੂਵ ਕਰ ਸਕਦਾ ਉਹਦੇ ਆਬਵੀਅਸ ਤੋਂ ਇਹ ਪਾਵਰ ਸਿਰਫ ਦੋਸਤੋ ਪ੍ਰੈਜ਼ੀਡੈਂਟ ਕੋ ਹੁੰਦੀ ਆ ਠੀਕ ਹੈ ਨਾ ਆਪਣੇ ਰਾਸ਼ਟਰਪਤੀ ਕੋ ਹੁੰਦੀ ਆ ਅੱਗੇ ਗੱਲ ਕਰਦੇ ਆਂ ਦੋਸਤੋ ਅ ਦਾ ਅਬਜੈਕਟਿਵ ਰੈਜ਼ੋਲੂਸ਼ਨ ਅਡਾਪਟਡ ਵਾਈ ਦੀ ਕੰਸਟੀਟੂਐਂਟ ਅਸੈਂਬਲੀ ਔਨ ਜਨੂਅਰੀ 22 1947 ਬਾਸ ਡਰਾਫਟਡ ਵਾਈ ਕਹਿੰਦੇ ਇੱਕ ਅਬਜੈਕਟਿਵ ਰੈਲੂ ਰੈਜ਼ੋਲੂਸ਼ਨ ਐਕਸੈਪਟ ਅਬਜੈਕਟਿਵ ਰੈਜ਼ੋਲੂਸ਼ਨ ਅਡਾਪਟ ਕੀਤੀ ਗਈ ਸੀ ਸੰਵਿਧਾਨ ਦੀ ਅਸੈਂਬਲੀ ਵੱਲੋਂ ਕੰਸਟੀਟੂਐਂਟ ਅਸੈਂਬਲੀ ਜੋ ਮਤਲਬ ਕਿ ਸੰਵਿਧਾਨ ਲਈ ਇੱਕ ਕੰਸਟੀਟੂਐਂਟ ਅਸੈਂਬਲੀ ਬਣਾਈ ਗਈ ਸੀ ਠੀਕ ਹੈ ਨਾ ਉਦੇ ਵੱਲੋਂ ਇੱਕ ਅਬਜੈਕਟਿਵ ਰੈਜ਼ੋਲੂਸ਼ਨ ਪਾਸ ਕੀਤੀ ਗਈ ਸੀ 22 ਜਨਵਰੀ 1947 ਨੂੰ ਉਹ ਕਿਹਦੇ ਦੁਆਰਾ ਡਰਾਫਟ ਕੀਤੀ ਗਈ ਸੀ ਕਿਹਦੇ ਦੁਆਰਾ ਉਹ ਰੈਜ਼ੋਲੂਸ਼ਨ ਬਣਾਈ ਗਈ ਸੀ ਇਹ ਇੱਕ ਇਹਨਾਂ ਦਾ ਕਹਿਣ ਦਾ ਮਤਲਬ ਹੈ ਕੁਐਸਚਨ ਦਾ ਤੇ ਆਪਸ਼ਨ ਤੁਹਾਡੇ ਸਾਹਮਣੇ ਤੇ ਆਨਸਰ ਦੋਸਤੋ ਇਹਦਾ ਹੈਗਾ ਜਵਾਹਰਲal ਜਵਾਹਰ ਲਾਲ ਨਹਿਰੂ ਠੀਕ ਹੈ ਨਾ ਅੱਗੇ ਚੱਲਦੇ ਹਾਂ ਦਾ ਰਾਈਟ ਟੂ ਵੋਟ ਅਵੇਲੇਬਲ ਟੂ ਇੰਡੀਅਨ ਸਿਟੀਜ਼ਨਸ ਅੰਡਰ ਦੀ ਕਨਸਟੀਟਿਊਸ਼ਨ ਇਜ਼ ਦੋਸਤੋ ਚਾਰ ਆਪਸ਼ਨ ਆ ਤੁਹਾਡੇ ਸਾਹਮਣੇ ਤੇ ਪ੍ਰਸ਼ਨ ਇਹ ਕਹਿ ਰਿਹਾ ਹੈ ਕਿ ਆਪਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਆ ਆਪਣਾ ਇੰਡੀਅਨ ਸਿਟੀਜ਼ਨਸ ਨੂੰ ਉਹ ਕਿਹਦੇ ਤਹਿਤ ਮਿਲਿਆ ਹੈ ਤਾਂ ਦੋਸਤੋ ਉਹ ਮਿਲਿਆ ਆਪਾਂ ਨੂੰ niche ਚਾਰ ਆਪਸ਼ਨਾਂ ਦੇਖ ਲਓ ਉਹ ਪੋਲੀਟੀਕਲ ਰਾਈਟ ਆ ਆਪਣਾ ਜੋ ਆਪਣਾ ਵੋਟ ਦਾ ਅਧਿਕਾਰ ਆ ਉਹ ਆਪਣਾ ਪੋਲੀਟੀਕਲ ਰਾਜਨੀਤਿਕ ਅਧਿਕਾਰ ਆ ਠੀਕ ਹੈ ਨਾ ਅੱਗੇ ਗੱਲ ਕਰਦੇ ਆ ਦੋਸਤੋ ਵਿਚੋਂ ਆਫ ਦਾ ਫੋਲੋਇੰਗ ਇਸ ਨਾਟ ਰਿਲੇਟਡ ਵਿਦ ਦੀ ਸਬਜੈਕਟ ਆਫ ਸੈਂਟਰ ਸਟੇਟ ਰਿਲੇਸ਼ਨਸ ਦੋਸਤੋ ਹੁਣ ਤੁਸੀਂ ਸਿਲੇਬਸ ਦੇ ਵਿੱਚ ਪੜਿਓ ਤਾਂ ਤੁਹਾਨੂੰ ਸੈਂਟਰ ਸਟੇਟ ਰਿਲੇਸ਼ਨਸ ਉੱਪਰ ਟਾਪਿਕ ਮਿਲੇਗਾ ਠੀਕ ਹੈ ਨਾ ਉਸ ਦੇ ਰਿਗਾਰਡਿੰਗ ਮੈਂ ਸਿਲੈਕਟਡ ਕੁਐਸਚਨ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਤੁਸੀਂ ਇਹ ਕੁਐਸਚਨ ਰਿਪੀਟ ਕਰਨੀ ਆ ਰਿਵੀਜ਼ਨ ਬਾਰ-ਬਾਰ ਕਰਨੀ ਆ ਦੀ ਠੀਕ ਹੈ ਨਾ ਬਹੁਤ ਇੰਪੋਰਟੈਂਟ ਕੁਐਸਚਨ ਆ ਹੁਣ ਇਹ ਕੁਐਸਚਨ ਦੇ ਵਿੱਚ ਕੀ ਆ ਗਿਆ ਗਿਆ ਹੈ ਬਿਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਤੁਸੀਂ ਇਹ ਦੱਸਣੀ ਆ ਜਿਹੜੀ ਸੈਂਟਰ ਸਟੇਟ ਦੇ ਰਿਲੇਸ਼ਨਸ ਨੂੰ ਨਹੀਂ ਸ਼ੋਅ ਕਰਦੀ ਤਾਂ ਦੋਸਤੋ ਇਹਦੇ ਵਿੱਚ ਛਾ ਕਮਿਸ਼ਨ ਸੀ ਜੋ ਸੈਂਟਰ ਸਟੇਟ ਦੇ ਰਿਲੇਸ਼ਨ ਨੂੰ ਸ਼ੋ ਨਹੀਂ ਕਰਦਾ ਬਾਕੀ ਸਾਰੇ ਇਹ ਰਾਜ ਮਨਾਰ ਕਮੇਟੀ ਵੀ ਸੈਂਟਰ ਸਟੇਟ ਮਤਲਬ ਕਿ ਕੇਂਦਰ ਤੇ ਰਾਜ ਦੇ ਰਿਲੇਸ਼ਨਸ ਬਾਰੇ ਆਇਆ ਸੀ ਸਰਕਾਰੀਆ ਕਮਿਸ਼ਨ ਵੀ ਮਤਲਬ ਕਿ ਸਰਕਾਰ ਤੇ ਕੇਂਦਰ ਦੇ ਰਿਲੇਸ਼ਨਸ ਬਾਰੇ ਆਪਣੀ ਰეკਮੈਂਡੇਸ਼ਨਸ ਦੇ ਕੇ ਗਿਆ ਸੀ ਤੇ ਐਡਮਿਨਿਸਟ੍ਰੇਟਿਵ ਰਫਾਰਮ ਕਮਿਸ਼ਨ ਵੀ ਸਟਾਰਟ ਤੇ ਮਤਲਬ ਕਿ ਰਾਜ ਤੇ ਕੇਂਦਰ ਦੇ ਰਿਲੇਸ਼ਨਸ ਬਾਰੇ ਆਪਣੀ ਰეკਮੈਂਡੇਸ਼ਨ ਦੇ ਕੇ ਗਿਆ ਸੀ ਬਟ ਛਾ ਕਮਿਸ਼ਨ ਨਹੀਂ ਦੇ ਕੇ ਗਿਆ ਤਾਂ ਦੋਸਤੋ ਇਹਦਾ ਆਨਸਰ ਬਣਦਾ ਛਾ ਕਮਿਸ਼ਨ ਠੀਕ ਹੈ ਨਾ ਤੇ ਅੱਗੇ ਚਲਦੇ ਹਾਂ ਦੋਸਤੋ ਆ ਤੁਸੀਂ ਇੱਕ ਵਾਰੀ ਇਹਨਾਂ ਬਾਰੇ ਡੈਪਥ ਚ ਵੀ ਪੜ੍ਹ ਲੈਣਾ ਰਾਜ ਮਨਾਰ ਕਮੇਟੀ ਬਾਰੇ ਤੇ ਸਰਕਾਰੀਆ ਕਮਿਸ਼ਨ ਬਾਰੇ ਠੀਕ ਹੈ ਨਾ ਇਹਨਾਂ ਨੂੰ ਇੱਕ ਵਾਰੀ ਗੂਗਲ ਕਰ ਲੈਣਾ ਇਹ ਤਿੰਨਾਂ ਨੂੰ ਆਪਸ਼ਨਾਂ ਨੂੰ ਇਹ ਬਹੁਤ ਇੰਪੋਰਟੈਂਟ ਨੇ ਅੱਗੇ ਕਿ ਚੱਲਦੇ ਹਾਂ ਦੋਸਤੋ ਪ੍ਰਸ਼ਨ ਆ ਗਿਆ ਅਗਲਾ ਆਰਟੀਕਲ 343 ਆਫ ਦੀ ਕਨਸਟੀਟਿਊਸ਼ਨ ਡਿਕਲੇਅਰਸ ਹਿੰਦੀ ਐਸ ਦੀ ਮਤਲਬ ਕਿ ਕਹਿੰਦੇ ਆਰਟੀਕਲ 343 ਆ ਜਿਹੜਾ ਉਹ ਕਿਆ ਉਹਨੇ ਹਿੰਦੀ ਨੂੰ ਕਿਆ ਡਿਕਲੇਅਰ ਕੀਤਾ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਕਿਆ ਡਿਕਲੇਅਰ ਕੀਤਾ ਤਾਂ ਦੋਸਤੋਂ ਉਹਨਾਂ ਨੇ ਡਿਕਲੇਅਰ ਕੀਤਾ ਆਰਟੀਕਲ 343 ਦੇ ਵਿੱਚ ਹਿੰਦੀ ਨੂੰ ਅਫੀਸ਼ੀਅਲ ਲੈਂਗੁਏਜ ਆਫ ਦੀ ਯੂਨੀਅਨ ਮਤਲਬ ਯੂਨੀਅਨ ਆਪਣਾ ਆਲ ਓਵਰ ਸਟੇਟਸ ਨੂੰ ਇਕੱਠੀਆਂ ਕਰਕੇ ਉਹਨੂੰ ਆਪਾਂ ਯੂਨੀਅਨ ਕਹਿੰਦੇ ਆ ਜਿੰਨੇ ਵੀ ਆਪਣੇ ਸਾਰੇ ਰਾਜਾਂ ਸਾਰੇ ਸਟੇਟ ਆ ਇੰਡੀਆ ਦੀਆਂ ਉਹਨਾਂ ਨੂੰ ਆਪਾਂ ਇਕੱਠਾ ਕਰਕੇ ਇੱਕ ਯੂਨੀਅਨ ਕਹਿੰਦੇ ਆ ਯੂਨੀਅਨ ਦੀ ਅਫੀਸ਼ੀਅਲ ਲੈਂਗੁਏਜ ਬਣਦੀ ਇਹ ਹਿੰਦੀ ਆਰਟੀਕਲ 343 ਦੇ ਤਹਿਤ ਅੱਗੇ ਗੱਲ ਕਰਦੇ ਹਾਂ ਦੋਸਤੋ ਵਿੱਚੋਂ ਆਫ ਦੀ ਫੋਲੋਇੰਗ ਸਟੇਟ ਇਨ ਇੰਡੀਆ ਹੈਸ ਯੂਨੀਫਾਰਮ ਸਿਵਲ ਕੋਡ ਫਾਰ ਇਟਸ ਪੀਪਲ ਕਹਿੰਦੇ ਕਿ ਕਿਹੜੀ ਰਾਜ ਆਹੇ ਜਾਂ ਕਿਹੜਾ ਰਾਜ ਆ ਕਿਹੜੀ ਸਟੇਟ ਆ ਭਾਰਤ ਦੀ ਜਿੱਥੇ ਯੂਨੀਫਾਰਮ ਸਿਵਲ ਕੋਡ ਹੈਗਾ ਪੀਪਲਸ ਲਈ ਯੂਨੀਫਾਰਮ ਸਿਵਲ ਕੋਡ ਤਾਂ ਦੋਸਤੋ ਉਹ ਜਿਹੜਾ ਨਾਮ ਹੈਗਾ ਗੋਆ ਠੀਕ ਹੈ ਨਾ ਅੱਗੇ ਗੱਲ ਕਰਦੇ ਹਾਂ ਵਿੱਚ ਮੰਗ ਦਾ ਫੋਲੋਇੰਗ ਹੈਸ ਬਕਮਾ ਲੀਗਲ ਰਾਈਟ ਅੰਡਰ 44th ਐਮੈਂਡਮੈਂਟ ਮਤਲਬ 44th ਐਮੈਂਡਮੈਂਟ ਦੇ ਅਕੋਰਡਿੰਗ ਲੀਗਲ ਰਾਈਟ ਬਣ ਗਿਆ ਜਿਹੜਾ ਪਹਿਲਾਂ ਮੇਰੇ ਖਿਆਲ ਚ ਫੰਡਾਮੈਂਟਲ ਰਾਈਟ ਸੀ ਉਹ 44th ਐਮੈਂਡਮੈਂਟ ਤੇ ਜਾ ਕੇ ਉਹਨੂੰ ਲੀਗਲ ਰਾਈਟ ਬਣਾ ਦਿੱਤਾ ਤਾਂ ਦੋਸਤੋ ਕਿਹੜਾ ਸੀ ਉਹ ਤਾਂ ਉਹ ਆਪਣਾ ਹੈਗਾ ਰਾਈਟ ਟੂ ਪ੍ਰੋਪਰਟੀ ਯਾਦ ਰੱਖਣਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਰਾਈਟ ਟੂ ਪ੍ਰੋਪਰਟੀ ਨੂੰ ਲੀਗਲ ਰਾਈਟ ਬਣਾ ਦਿੱਤਾ ਆਰਟੀਕਲ 44 ਵਿੱਚ ਠੀਕ ਹੈ ਨਾ ਅੱਗੇ ਗੱਲ ਕਰਦੇ ਹਾਂ ਦੋਸਤੋ who has the power to regulate the rights of citizenship of the indian people jimmay ke appa foreign janne aa appa kehnde citizenship leni aa ta ohi india di citizenship da right jimmay india de vich citizenship ਆਪਾਂ ਨੂੰ ਕਿਵੇਂ ਮਿਲਦੀ ਆ ਉਹ ਰੈਗੂਲੇਸ਼ਨਸ ਰੂਲਸ ਕੌਣ ਰੈਗੂਲੇਟ ਕਰਦਾ ਹੈ ਕਿਹਦੇ ਕੌਣ ਬਣਾਉਂਦਾ ਹੈ ਵੀ ਉਹ ਰੈਸਿਡੈਂਸ਼ਿਪ ਲਈ ਕੀ ਕਰਾਈਟਰੀਆ ਚਾਹੀਦਾ ਹੈ ਭਾਰਤ ਦੇ ਵਿੱਚ ਤਾਂ ਦੋਸਤੋ ਇਹ ਸਾਰਾ ਕੁਝ ਪਾਰਲੀਮੈਂਟ ਦੇ ਹੱਥ ਚ ਹੁੰਦਾ ਹੈ ਪਾਰਲੀਮੈਂਟ ਦੇ ਕੰਟਰੋਲ ਚ ਹੁੰਦਾ ਹੈ ਪਾਰਲੀਮੈਂਟ ਰੂਲ ਬਣਾਉਂਦਾ ਹੈ ਵੀ ਆਪਾਂ ਨੂੰ 5 ਸਾਲ ਜੇ ਭਾਰਤ ਚ ਰਹੋਗੇ ਜਾਂ ਭਾਰਤ ਦੇ ਵਸਨੀਕ 1947 ਤੋਂ ਪਹਿਲਾਂ ਦੇ ਹੋਗੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਣੀ ਹੈ ਇਦਾਂ ਦੇ ਰੂਲ ਬਣਾਏ ਹੋਏ ਜਿਹੜੇ ਸਾਰੇ ਪਾਰਲੀਮੈਂਟ ਦੇ ਕੰਟਰੋਲ ਚ ਹੁੰਦੇ ਆਏ ਕਦੇ ਵੀ ਉਹਨਾਂ ਨੂੰ ਅਮੈਂਡ ਕਰ ਸਕਦੇ ਆ ਠੀਕ ਹੈ ਨਾ ਅੱਗੇ ਗੱਲ ਕਰਦੇ ਆ ਦੋਸਤੋ ਆਫਟਰ 인ਡੀਪੈਂਡੈਂਸ ਵਿੱਚ ਬਸਦੀ ਫਰਸਟ ਸਟੇਟ ਇਨ ਇੰਡੀਆ ਕ੍ਰੀਏਟਡ ਔਨ ਲੈਂਗੁਇਸਟਿਕ ਬੇਸਿਸ ਕੈਨ ਦਾ ਮਤਲਬ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੀ ਕਿਹੜੀ ਪਹਿਲੀ ਸਟੇਟ ਆ ਜੋ ਨਾ मतलब ये भाषा ਦੇ ਤੌਰ ਤੇ ਅਲੱਗ ਹੋਊਗੀ ਠੀਕ ਹੈ ਨਾ ਇਹ ਚਾਰ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਭਾਸ਼ਾ ਦੇ ਤੌਰ ਤੇ ਲੱਗ ਹੋਈ ਹੈ ਦੋਸਤੋ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਭਾਰਤ ਦੀ ਪਹਿਲੀ ਰਾਜ ਪਹਿਲਾ ਰਾਜ ਆ ਪਹਿਲੀ ਸਟੇਟ ਆ ਜੋ ਮਤਲਬ ਕਿ ਭਾਸ਼ਾ ਦੇ ਬੇਸ ਤੇ ਅਲੱਗ ਹੋਈ ਸੀ ਅੱਗੇ ਗੱਲ ਕਰਦੇ ਆ ਵਿੱਚੋਂ ਆਫ ਦਾ ਫੋਲੋਇੰਗ ਨਾਰਥ ਈਸਟਰਨ ਸਟੇਟਸ ਬਾਸ ਦੀ ਲਾਸਟ ਟੂ ਗੈਟ ਦੀ ਸਟੇਟਸ ਆਫ ਫੁੱਲ ਫਲੈਜਡ ਸਟੇਟ ਕਹਿੰਦੇ ਨਾਰਥ-ਈਸਟਰਨ ਮਤਲਬ ਕਿ ਉੱਤਰ ਪੂਰਬ ਉੱਤਰ ਪੂਰਬ ਦੇ ਵਿੱਚ ਆਪਣੇ ਭਾਰਤ ਦੇ ਜਿਹੜੀਆਂ ਸਟੇਟਸ ਆ ਉਹਦੇ ਵਿੱਚ ਸਭ ਤੋਂ ਆਖਰ ਦੇ ਵਿੱਚ ਸਟੇਟ ਦਾ ਦਰਜਾ ਕਿਹੜੀ ਸਟੇਟ ਨੂੰ ਮਿਲਿਆ ਸੀ ਇਹ ਚਾਰ ਸਟੇਟਾਂ ਆਪੀਆਂ ਆ ਚਾਰੇ ਸਟੇਟਾਂ ਮਤਲਬ ਉ ਉੱਤਰ ਪੂਰਬ ਭਾਰਤ ਦੀਆਂ ਠੀਕ ਹੈ ਨਾ ਤਾਂ ਦੋਸਤੋ ਅਰਨਾਚਲ ਪ੍ਰਦੇਸ਼ ਆ ਜਿਹੜੀ ਨਾ ਇਹ ਸਭ ਤੋਂ ਬਾਅਦ ਚ ਇਹਨੂੰ ਨਾ ਸਟੇਟ ਦਾ ਦਰਜਾ ਮਤਲਬ ਕਿ ਰਾਜ ਦਾ ਦਰਜਾ ਮਿਲਿਆ ਸੀ ਪਹਿਲਾਂ ਸ਼ਾਇਦ ਜੂਟੀ ਹੋਵੇਗੀ ਜਣੇ ਕਿ ਇਹਨੂੰ ਲਾਸਟ ਵਿੱਚ ਮਿਲਿਆ ਸੀ ਇਹ ਆਨਸਰ ਹੈ ਇਸ ਪ੍ਰਸ਼ਨ ਦਾ ਠੀਕ ਹੈ ਨਾ ਅੱਗੇ ਗੱਲ ਕਰਦੇ ਵਿੱਚ ਮੰਗਦਾ ਫਾਲੋਇੰਗ ਆਰਟੀਕਲ ਆਫ ਦਾ ਕਨਸਟੀਟਿਊਸ਼ਨ ਐਬੋਲੀਸ਼ਿਓਸ ਅਨਟੱਚੇਬਿਲਿਟੀ ਮਤਲਬ ਅਨਟੱਚੇਬਿਲਿਟੀ ਜਿਵੇਂ ਕਹਿੰਦੇ ਆਪਾਂ ਛੂਤਛਾਤ ਇਦਾਂ ਦੇ ਕੁਝ ਕਿਹੜੇ ਆਰਟੀਕਲ ਤਹਿਤ ਇਹਨੂੰ ਆਪਾਂ ਨੇ ਮਤਲਬ ਕਿ ਐਬੋਲੀਸ਼ ਕਰਤਾ ਖਤਮ ਕਰਤਾ ਵੀ ਕੋਈ ਇਦਾਂ ਦਾ ਛੂਹਛਾਤ ਦਾ ਕੋਈ ਇਦਾਂ ਕੋਈ ਹੋ ਨਹੀਂ ਕਰੇਗਾ ਠੀਕ ਹੈ ਨਾ ਆਰਟੀਕਲ 17 ਦੇ ਤਹਿਤ ਦੋਸਤੋ ਯਾਦ ਰੱਖਣਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਤੇ ਆਗੇ ਦੋਸਤੋ ਅੱਗੇ ਵਿੱਚ ਮੰਗਦਾ ਫੋਲੋਇੰਗ ਕਨਸਟੀਟਿਊਸ਼ਨਲ ਅਮੈਂਡਮੈਂਟ ਇੰਟਰੋਡਿਊਸਡ ਦੀ ਐਂਟੀ ਡਿਫੈਕਸ਼ਨ ਪ੍ਰੋਵੀਜ਼ਨ ਇਨ ਦਾ ਕਨਸਟੀਟਿਊਸ਼ਨ ਕਹਿੰਦੇ ਕਿਹੜੇ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਥਰੂ ਨਾ ਐਂਟੀ ਡਿਫੈਕਸ਼ਨ ਪ੍ਰੋਵੀਜ਼ਨਸ ਆ ਗਈਆਂ ਕਨਸਟੀਟਿਊਸ਼ਨ ਦੇ ਵਿੱਚ ਠੀਕ ਹੈ ਨਾ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਏ 52ਵੇਂ ਅਮੈਂਡਮੈਂਟ ਦੇ ਥਰੂ ਨਾ ਐਂਟੀ ਡਿਫੈਕਸ਼ਨ ਪ੍ਰੋਵੀਜ਼ਨਸ ਲਿਆਂਦੀਆਂ ਗਈਆਂ ਸੀ ਸੰਵਿਧਾਨ ਦੇ ਵਿੱਚ ਅੱਗੇ ਗੱਲ ਕਰਦੇ ਹਾਂ ਦੋਸਤੋ ਹੂ ਵਾਸ ਦੀ ਕਨਸਟੀਟਿਊਸ਼ਨਲ ਐਡਵਾਈਜ਼ਰ ਟੂ ਦੀ ਕਨਸਟੀਟਿਊਐਂਟ ਅਸੈਂਬਲੀ ਕਹਿੰਦੇ ਮਤਲਬ ਕਿ ਸੰਵਿਧਾਨਿਕ ਅਸੈਂਬਲੀ ਜੋ ਬਠਾਈ ਗਈ ਸੀ ਉਹਦਾ ਸਲਾਹਕਾਰ ਕਨਸਟੀਟਿਊਸ਼ਨਲ ਸਲਾਹਕਾਰ ਕੌਣ ਸੀ ਸੰਵਿਧਾਨਿਕ ਸਲਾਹਕਾਰ ਕੌਣ ਸੀ ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਬੀ ਐਨ ਸੌਰੀ ਬੀ ਐਨ ਰਾਓ ਠੀਕ ਹੈ ਨਾ ਅੱਗੇ ਚੱਲਦੇ ਹਾਂ ਅੰਡਰ ਵਿਚ ਆਰਟੀਕਲ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਕੈਨ ਪ੍ਰੈਜ਼ੀਡੈਂਟ ਆਫ ਇੰਡੀਆ ਬੀ ਇੰਪੀਚਡ ਕਹਿੰਦੇ ਆਰਟੀਕ ਕਿਹੜੇ ਆਰਟੀਕਲ ਦੇ ਤਹਿਤ ਮਤਲਬ ਕਿ ਰਾਸ਼ਟਰਪਤੀ ਦੇ ਮਤਲਬ ਕਿ ਰਾਸ਼ਟਰਪਤੀ ਦੇ ਆਫਿਸ ਨੂੰ ਇੰਪੀਚਮੈਂਟ ਕੀਤਾ ਜਾਂਦਾ ਮਤਲਬ ਕਿ ਰਾਸ਼ਟਰਪਤੀ ਸਾਹਿਬ ਨੂੰ ਮਤਲਬ ਕਿ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਕਿਹੜੇ ਆਰਟੀਕਲ ਦੇ ਤਹਿਤ ਤਾਂ ਦੋਸਤੋ ਉਸ ਆਰਟੀਕਲ ਦਾ ਨਾਮ ਹੈਗਾ ਆਰਟੀਕਲ 61 ਆਰਟੀਕਲ 61 ਦੇ ਤਹਿਤ ਪ੍ਰੈਜ਼ੀਡੈਂਟ ਨੂੰ ਰਿਮੂਵ ਕਰ ਦਿੱਤਾ ਜਾਂਦਾ ਹੈ ਇੰਪੀਚ ਕਰ ਦਿੱਤਾ ਜਾਂਦਾ ਹੈ ਤੇ ਦਾ অথরিটি اے دوستو لاسٹ क्वेश्चन ਦਾ অথরিটি ਟੂ ਵਾਈਟਰ ਦੀ ਬਾਉਂਡਰੀਜ਼ ਆਫ ਸਟੇਟ ਇਨ ਇੰਡੀਆ ਰੈਸਟਸ ਵਿਦ ਕਹਿੰਦੇ ਕਿਹੜੀ অথরিটি ਆ ਮਤਲਬ ਕਿ ਜਿਹੜੀ ਬਾਉਂਡਰੀਜ਼ ਆਫ ਸਟੇਟਸ ਇਨ ਇੰਡੀਆ ਨੂੰ ਅਲਟਰ ਕਰ ਸਕਦੀ ਹੈ ਚੇਂਜ ਕਰ ਸਕਦੀ ਹੈ ਮਤਲਬ ਕਿ ਕਿਸੇ ਵੀ ਸਟੇਟ ਨੂੰ ਤੋੜ ਕੇ ਦੋ ਸਟੇਟਾਂ ਬਣਾ ਸਕਦੀ ਹੈ ਜਾਂ ਕਿਸੇ ਵੀ ਸਟੇਟ ਨੂੰ ਤੋੜ ਕੇ ਜੂਟੀਆ ਬਣਾ ਸਕਦੀ ਹੈ ਮਤਲਬ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਸਕਦੀ ਆ ਜਾਂ ਫਿਰ ਮਤਲਬ ਕਿ ਦੋ ਸਟੇਟਾਂ ਨੂੰ ਜੋੜ ਸਕਦੀ ਆ ਉਹਨਾਂ ਦੀ ਬਾਉਂਡਰੀ ਨਾਲ ਸ਼ੇਅਰ ਸ਼ੇਅਰ ਕੌਣ ਕਰ ਸਕਦਾ ਹੈ ਚਾਰ ਆਪਸ਼ਨ ਤੁਹਾਡੇ ਸਾਹਮਣੇ ਦੋਸਤੋ ਇਹ ਪਾਵਰ ਹੈਗੀ ਸਿਰਫ ਪਾਰਲੀਮੈਂਟ ਕੋ ਠੀਕ ਹੈ ਨਾ ਪਾਰਲੀਮੈਂਟ ਕੋ ਇਹ ਸਿਰਫ ਪਾਵਰ ਹੈ ਅਲਟਰ ਕਰਨ ਦੀ ਬਾਉਂਡਰੀਸ ਆਫ ਦੀ ਸਟੇਟਸ ਦੇ ਦੋਸਤੋ ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਆਪਣੇ ਇਕ ਲੀਗ ਜੋ ਵੀ ਰਿਲੇਟਿਵਸ ਦੋਸਤ ਮਿੱਤਰ ਸਭ ਨੂੰ ਸ਼ੇਅਰ ਕਰ ਦਿਓ ਦੋਸਤੋ ਅੱਗੇ ਵੀ ਆਪਾਂ ਵੀਡੀਓ ਲੈ ਕੇ ਆਂਦੇ ਰਾਵਾਂਗੇ ਤੁਹਾਡੀ ਸਾਰੀ ਤਿਆਰੀ ਇਦਾਂ ਹੀ ਕਰਵਾਵਾਂਗੇ ਇਸ ਚੈਨਲ ਦੇ ਉੱਤੇ ਤੇ ਤੁਸੀਂ ਕੰਪਿਊਟਰ ਦੇ ਕੁਐਸਚਨ ਵੀ ਬਾਹਲੇ ਕਹਿੰਦੇ ਆ ਵੀ ਕੰਪਿਊਟਰ ਦੀ ਵੀਡੀਓ ਉਹ ਵੀ ਲੈ ਕੇ ਆਵਾਂਗੇ ਐਗਰੀਕਲਚਰ ਦੀਆਂ ਵੀ ਲੈ ਕੇ ਆਵਾਂਗੇ ਇਦਾਂ ਹੀ ਸਾਰੀ ਤੁਹਾਡੀ ਤਿਆਰੀ ਕਰਵਾਉਂਦੇ ਰਾਵਾਂਗੇ ਤੁਸੀਂ ਵੀ ਆਪਣੀਆਂ ਵੱਖਰੀ ਬੁੱਕਸ ਦੇ ਉੱਤੋਂ ਤਿਆਰੀ ਕਰਦੇ ਰਹੋ ਧੰਨਵਾਦ ਦੋਸਤੋ